ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਅਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਲੌਗ ਬਚਾਰੀ ਠੀਕ ਨਹੀਂ ਆ ਜ਼ੁਕਾਮ ਹੋਇਆ ਪਿਆ ਅਤੇ ਦਵਾਈ ਲੈ ਕੇ ਆਏ ਹਾਂ ਅਤੇ ਆਪਾਂ ਚੱਲੇ ਹਾਂ ਅੱਜ ਸਕੈਨ ਕਰਵਾਉਣ ਅਤੇ ਵਲੌਗ ਸ਼ੂਟ ਕਰਨ ਦਾ ਜ਼ਿਆਦਾ ਟਾਈਮ ਨਹੀਂ ਆਪਾਂ ਆਲਰੇਡੀ ਬਹੁਤ ਲੇਟ ਹਾਂ ਅਤੇ ਆਪਾਂ ਗੱਡੀ 'ਚ ਚੱਲਦੇ ਹੀ ਵਲੌਗ ਕੰਟੀਨਿਊ ਕਰਾਂਗੇ ਵੈਸੇ ਤਾਂ ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਜਿਵੇਂ ਗਏ ਸੀਗੇ 21 ਪਤਾ ਨਹੀਂ 22 ਤਰੀਕ ਨੂੰ ਹੈ ਨਾ ਸਕੈਨ ਕਰਵਾਉਣ ਤਾਂ ਉਹਨਾਂ ਨੇ ਸਾਨੂੰ ਕਿਹਾ ਸੀਗਾ ਪਤਾ ਨਹੀਂ ਉਹਨਾਂ ਨੇ ਕੋਈ ਇਸ਼ੂ ਦੱਸਿਆ ਸੀ ਮੈਨੂੰ ਉਸ ਟਾਈਮ ਸਮਝ ਨਹੀਂ ਲੱਗੀ ਉਹਨਾਂ ਦੀ ਅਤੇ ਕਹਿੰਦੇ ਸੀ ਕਿ 5 ਤਰੀਕ ਨੂੰ ਦੁਬਾਰਾ ਆਇਓ ਅਤੇ ਅੱਜ ਆਪਾਂ ਦੁਬਾਰਾ ਚੱਲੇ ਹਾਂ ਅਤੇ ਦੇਖਦੇ ਹਾਂ ਕੀ ਆਉਂਦਾ ਹੈ ਰਿਪੋਰਟਸ 'ਚ ਫਿਰ ਆਪਾਂ ਡਾਕਟਰਸ ਨੂੰ ਦਿਖਾਵਾਂਗੇ ਮੈਂ ਡਾਕਟਰਸ ਨੂੰ ਵੀ ਹਾਲੇ ਰਿਪੋਰਟਸ ਨਹੀਂ ਦਿਖਾਈਆਂ ਜਿਹੜਾ ਲੈਵਲ 2 ਦੀ ਸਕੈਨ ਕਰਵਾਈ ਸੀਗੀ ਅਤੇ ਮੈਂ ਸੋਚਿਆ ਕਿ ਉਹਨਾਂ ਚਲੋ ਪ੍ਰੋਪਰ ਹੈ ਨਾ ਸਕੈਨ ਇੱਕ ਵਾਰੀ ਫਿਰ ਹੋ ਜਾਵੇ ਫਿਰ ਆਪਾਂ ਦੋਨੋਂ ਰਿਪੋਰਟਸ ਇਕੱਠੀਆਂ ਦਿਖਾ ਦਾਂਗੇ ਅਤੇ ਬਸ ਗੱਡੀ ਕੋਲ ਪਹੁੰਚ ਚੱਲੇ ਹਾਂ ਅਤੇ ਸਕੈਨ ਕਰਵਾ ਕੇ ਫਿਰ ਘਰ ਆ ਗਿਆ ਹਜੇ ਘਰ ਦਾ ਕੰਮ ਪਿਆ ਸਾਰਾ ਕਿਉਂਕਿ ਆਪਾਂ ਆਲਰੇਡੀ ਬਹੁਤ ਲੇਟ ਸੀਗੇ ਇਸ ਕਰਕੇ ਮੈਂ ਕੰਮ 'ਚ ਸਾਰਾ ਇੱਦਾਂ ਹੀ ਛੱਡ ਤਾ ਬਾਬੇ ਸਤਿ ਸ਼੍ਰੀ ਅਕਾਲ ਦੁਬਾਰਾ ਤੋਂ ਸਤਿ ਸ਼੍ਰੀ ਅਕਾਲ ਮੇਰੀ ਵੀ ਤਬੀਅਤ ਥੋੜ੍ਹੀ ਬਹੁਤ ਖਰਾਬ ਹੈ ਖਾਂਸੀ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ ਜੇ ਕਿਸੇ ਨੂੰ ਹੈ ਨਾ ਪਤਾ ਹੈ ਵੀ ਹਾਂ ਕਿਵੇਂ ਠੀਕ ਹੋ ਗਈ ਦੇਸੀ ਤਰੀਕੇ ਨਾਲ ਦਵਾਈ ਤਾਂ ਮੈਨੂੰ ਘੱਟੋ ਘੱਟ ਵੀ 6-7 ਦਿਨ ਹੋ ਗਏ ਪਰ ਕੋਈ ਫਰਕ ਨਹੀਂ ਪਿਆ ਸੋ ਜੇ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਹੈ ਨਾ ਮੇਰੀ ਖਾਂਸੀ ਕੰਟਰੋਲ ਨਹੀਂ ਹੋ ਰਹੀ ਸੋ ਏਸੀ ਕਰਕੇ ਹੈ ਨਾ ਥੋੜ੍ਹਾ ਜਿਹਾ ਬੋਲ ਵੀ ਨਹੀਂ ਹੁੰਦਾ ਗਲਾ ਬਹੁਤ ਜ਼ਿਆਦਾ ਖਰਾਬ ਹੋਇਆ ਵਾ ਗੱਡੀ ਦੇ ਵਿੱਚ ਬੈਠਣ ਤੋਂ ਪਹਿਲਾਂ ਸੀਟ ਬੈਲਟ ਜ਼ਰੂਰ ਲਾਣੀ ਜ਼ਰੂਰੀ ਸੂਚਨਾ ਮੇਰੇ ਹੱਥ 'ਚ ਨਹੀਂ ਹੈ ਫੋਨ ਫਿਰ ਕਈ ਕਮੈਂਟ ਕਰਦੇ ਹੁੰਦੇ ਆ ਬਾਈ ਗੱਡੀ 'ਚ ਤਾਂ ਫੋਨ ਵੀ ਯੂਜ਼ ਨਹੀਂ ਕਰਨਾ ਚਾਹੀਦਾ ਮੈਂ ਅੱਗੇ ਦੇਖ ਕੇ ਗੱਡੀ ਚਲਾ ਰਿਹਾ ਮੈਂ ਹਮੇਸ਼ਾ ਚਾਹੇ ਮੋਟਰਸਾਈਕਲ ਹੋਵੇ ਚਾਹੇ ਗੱਡੀ ਹੋਵੇ ਹੈ ਨਾ ਮੈਂ ਅੱਜ ਤੱਕ ਬਾਬੇ ਦੀ ਕਿਰਪਾ ਰਹੀ ਹੈ ਟੱਚ ਵੁੱਡ ਕਦੇ ਇੱਦਾਂ ਦਾ ਕੋਈ ਸੀਨ ਹੋਇਆ ਨਹੀਂ ਕਿਉਂਕਿ ਮੈਂ ਜਿੰਨੀ ਕੁ ਮੰਨ ਲਓ ਵੀ ਆਉਂਦੀ ਹੈ ਨਾ ਕੋਈ ਵੀ ਚੀਜ਼ ਲਾ ਲਓ ਇਹ ਮਸ਼ੀਨਰੀ ਹੈ ਇਹਦਾ ਹਿਸਾਬ ਦਾ ਵੀ ਮੋਟਰਸਾਈਕਲ ਲਾ ਲਓ ਉਹਦਾ ਵੀ ਆਪਾਂ ਕੰਨ ਜਾਈ ਮਰੋੜ ਦਾ ਜਿੰਨਾ ਮਰਜ਼ੀ ਭਜਾਈ ਜਾਓ ਹੈ ਨਾ ਪਹੁੰਚ ਗਏ ਹੌਸਪੀਟਲ 6 ਫੇਸ ਹੌਸਪੀਟਲ ਨਹੀਂ ਜਾਣਾ ਆਪਾਂ ਸਕੈਨ ਕਰਵਾਉਣ ਜਾਣਾ ਹੈ ਆਪਾਂ ਮਤਲਬ ਇੱਥੇ 6 ਫੇਸ ਹੌਸਪੀਟਲ ਦੇ ਨਾਲ ਹੀ ਸਕੈਨ ਹੈ ਪਤਾ ਨਹੀਂ ਉਹਦਾ ਕਿਹਾ ਹੈ ਨਾ ਪ੍ਰਾਈਵੇਟ ਹੈ ਪਿਛਲੀ ਵਾਰ ਉਹਨਾਂ ਨੇ ਪੈਸੇ ਲਏ ਸੀ ਪਰ ਸਕੈਨ 'ਚ ਪਤਾ ਨਹੀਂ ਕਿਆ ਕਹਿੰਦੇ ਸੀ ਵੀ ਪ੍ਰੋਪਰਲੀ ਸ਼ੋਅ ਨਹੀਂ ਪਤਾ ਨਹੀਂ ਕੀ ਕਹਿ ਰਹੇ ਸੀ ਪਤਾ ਨਹੀਂ ਦੁਬਾਰਾ ਕਰਾਂਗੇ ਅਸੀਂ ਸਕੈਨ ਪਰ ਉਹ ਫ੍ਰੀ ਕਰਾਂਗੇ ਤੁਸੀਂ 5 ਦਿਨ ਬਾਅਦ ਕਿੰਨੇ ਦਿਨ ਬਾਅਦ 5 ਤਰੀਕ ਨੂੰ ਆਇਓ 5 ਤਰੀਕ ਨੂੰ ਆਇਓ ਅਤੇ ਕੱਲ੍ਹ ਮੈਂ ਕਮੈਂਟ ਪੜ੍ਹੇ ਸਾਰੇ ਕਹਿੰਦੇ ਸੀ ਬਾਈ ਜੀ ਤੁਸੀਂ ਇਸ ਹਾਲਤ 'ਚ ਹੈ ਨਾ ਭੈਣਾਂ ਦੇ ਕਮੈਂਟ ਆਏ ਸੀ ਤੁਸੀਂ ਇਸ ਹਾਲਤ 'ਚ ਯਾਤਰਾ ਕੀਤੀ ਮਾਤਾ ਰਾਣੀ ਦੀ ਕਿਰਪਾ ਰਹੀ ਆ ਕਿਉਂਕਿ ਜੇ ਸੱਚੇ ਮਨੋਂ ਜਾਓ ਨਾ ਤਾਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਪਿਛਲੀ ਵਾਰ ਵੀ ਜਦੋਂ ਵਾਇਰਲ ਆਪਣੇ ਸਾਧਨ ਦਾ ਵੈਸੇ ਇਹੀ ਫਾਇਦਾ ਆਪਾਂ ਰੈਸਟ ਕਰਦੇ ਗਏ ਹੈ ਨਾ ਆਰਾਮ ਨਾਲ ਗਏ ਉਦੋਂ ਤੀਸਰਾ ਮੰਥ ਸੀ ਚੌਥਾ ਜਦੋਂ ਮਾਇਰਾ ਹੋਣ ਵਾਲੀ ਸੀ ਬਾਬਾ ਵਾਲਨਾਥ ਨੈਣਾ ਦੇਵੀ ਪੀਰ ਨਿਗਾਹ ਹੈ ਨਾ ਕਾਫੀ ਜਗ੍ਹਾ ਘੁੰਮਣ ਗਏ ਸੀ ਅਤੇ ਕਮੈਂਟ ਵੀ ਆ ਰਹੇ ਸੀ ਕਈਆਂ ਦੇ ਨਾ ਵੀ ਤੁਸੀਂ ਬਾਬਾ ਵਾਲਨਾਥ ਨਹੀਂ ਗਏ ਐਤਕੀ ਵੈਸ਼ਨੋ ਦੇਵੀ ਜਾਣ ਦਾ ਪਲੈਨ ਬਣ ਗਿਆ ਅਤੇ ਇਸ ਕਰਕੇ ਤੁਸੀਂ ਪਹਿਲਾਂ ਵੈਸ਼ਨੋ ਦੇਵੀ ਪਲੈਨ ਤਾਂ ਸੀ ਬਟ ਫਿਰ ਕਿਸੇ ਵਜ੍ਹਾ ਨਾਲ ਉਹ ਕੈਂਸਲ ਕਰਨਾ ਪਿਆ ਇੰਨਾ ਸਫ਼ਰ ਮੈਂ ਕਿਹਾ ਸਹੀ ਵੀ ਨਹੀਂ ਹੈਗਾ ਬਸ ਵੈਸ਼ਨੋ ਦੇਵੀ ਤਾਂ ਅਸੀਂ ਆਪਣੀ ਗੱਡੀ 'ਚ ਗਏ ਸੀ ਤੁਰਨਾ ਪਿਆ ਉਹ ਆਰਾਮ ਆਰਾਮ ਨਾਲ ਅਸੀਂ ਚੜ੍ਹਾਈ ਕੀਤੀ ਉਹ ਸਾਹਮਣੇ ਰਿਹਾ ਪੋਲਿਸ਼ ਡਿਗਰੋਨੀਸੀ ਸੈਂਟਰ ਅੰਗਰੇਜ਼ੀ ਵਿੱਚ ਤਕੜੀ ਹੈ ਇਸ ਕਰਕੇ ਲਓ ਜੀ ਆਪਾਂ ਸਕੈਨ ਕਰਵਾ ਕੇ ਹੋ ਗਏ ਵਿਹਲੇ ਤਾਂ ਟਾਈਮ ਕਾਫੀ ਲੱਗ ਗਿਆ ਸਕੈਨ ਕਰਵਾਉਣ ਲਈ ਕਿਉਂਕਿ ਪਹਿਲਾਂ ਤਾਂ ਰਿਪੋਰਟਸ ਮੈਂ ਆਪਣੇ ਨਾਲ ਚੱਕ ਤਾਂ ਲਿਆਈ ਬਟ ਜਿਹੜੀਆਂ ਰਿਪੋਰਟਸ ਲਿਜਾਣੀਆਂ ਸੀਗੀਆਂ ਉਹ ਰਿਪੋਰਟਸ ਮੇਰੀਆਂ ਘਰ ਹੀ ਰਹਿ ਗਈਆਂ ਕਿਉਂਕਿ ਥੋੜ੍ਹੇ ਦਿਨ ਪਹਿਲਾਂ ਮੰਮਾ ਆਏ ਸੀ ਉਹਨਾਂ ਨੂੰ ਦਿਖਾ ਦਿੱਤੀ ਮੈਂ ਰਿਪੋਰਟਸ ਅਤੇ ਮੈਨੂੰ ਚੇਤਾ ਨਹੀਂ ਰਿਹਾ ਕਿ ਅਲਮਾਰੀ 'ਚ ਰੱਖਦੀ ਆ ਮੈਂ ਅਤੇ ਫਿਰ ਚੰਨੀ ਵਾਪਸ ਗਏ ਰਿਪੋਰਟਸ ਲੈਣ ਅਤੇ ਵੇਟ ਕਰਨਾ ਪਿਆ 10-20 ਮਿੰਟ ਉਹ ਵੇਸਟ ਗਏ ਫਿਰ ਉਸ ਤੋਂ ਬਾਅਦ ਸਕੈਨ 'ਤੇ ਵੀ 20-20 ਮਿੰਟ ਲੱਗ ਗਏ ਮੈਂ ਕਿ 1 ਘੰਟਾ ਤਾਂ ਲੱਗ ਗਿਆ ਇਸੇ ਲਈ ਅਤੇ ਹੁਣ ਆਪਾਂ ਸਕੈਨ ਕਰਾ ਲਈਏ ਅਤੇ ਘਰ ਜਾ ਰਹੇ ਹਾਂ ਅਤੇ ਕੱਲ੍ਹ ਦੇ ਰਿਪੋਰਟਸ ਆਪਾਂ ਡਾਕਟਰਸ ਨੂੰ ਦਿਖਾਵਾਂਗੇ ਤਾਂ ਦੇਖਦੇ ਹਾਂ ਫਿਰ ਉਹ ਕੀ ਕਹਿੰਦੇ ਆ
ਭੁੱਖ ਇੰਨੀ ਜ਼ਿਆਦਾ ਲੱਗੀ ਹੋਈ ਆ ਨਾ ਵੀ ਘਰੋਂ ਖਾ ਕੇ ਗਈ ਸੀ ਫਿਰ ਭੁੱਖ ਲੱਗ ਗਈ ਹੁਣ ਘਰੇ ਜਾ ਕੇ ਦੇਖੋ ਮੈਂ ਕੁਛ ਬਣਾ ਕੇ ਖਾਂਦੇ ਹਾਂ ਫਿਰ ਹੈ ਨਾ ਬਲੌਗ ਕੰਟੀਨਿਊ ਕਰਦੇ ਹਾਂ। ਲੋ ਜੀ ਆਪਾਂ ਘਰੇ ਆ ਗਏ ਸੀ ਅਤੇ ਘਰੇ ਆ ਕੇ ਬਲੌਗ ਸ਼ੂਟ ਕਰਨ ਦਾ ਟਾਈਮ ਨਹੀਂ ਮਿਲਿਆ ਕਿਉਂਕਿ ਭੁੱਖ ਬਹੁਤ ਲੱਗੀ ਸੀਗੀ ਤਾਂ ਇਸ ਕਰਕੇ ਲੰਚ ਵਗੈਰਾ ਦੀ ਤਿਆਰੀ ਕਰਨ ਲੱਗ ਗਏ। ਉਹ ਤੋਂ ਬਾਅਦ ਕੱਪੜੇ ਵਗੈਰਾ ਵੋਸ਼ ਕਰਨ ਲੱਗ ਗਏ, ਕੱਪੜੇ ਵਗੈਰਾ ਵੋਸ਼ ਕਰਕੇ ਫ੍ਰੀ ਹੋਈ ਤਾਂ ਚਾਹ ਪੀਣ ਲੱਗ ਗਏ, ਚਾਹ ਪੀ ਕੇ ਹੁਣ ਫ੍ਰੀ ਹੋਈ ਹਾਂ ਅਤੇ ਪੂਰੇ ਛੇ ਵੱਜ ਚੁੱਕੇ ਨੇ ਹੁਣ ਅਤੇ ਮੈਂ ਸੋਰੀ ਮੰਗਦੀ ਹਾਂ ਕਿ ਬਲੌਗ ਨਹੀਂ ਕੰਟੀਨਿਊ ਆਪਾਂ ਕਰ ਪਾਏ। ਅਤੇ ਇੱਕ ਗੱਲ ਹੋਰ, ਕਈਆਂ ਨੇ ਕੱਲ੍ਹ ਕਮੈਂਟ ਕੀਤਾ ਸੀਗਾ ਕਿ ਹੋ ਸਕਦਾ ਆ ਕਿ ਇੱਦਾਂ ਨਹੀਂ ਹੋ ਸਕਦਾ ਕਿ ਤੁਹਾਨੂੰ ਪਤਾ ਨਾ ਲੱਗਿਆ ਹੋਵੇ, ਹੈ ਨਾ ਤਾਂ ਹੁੰਦਾ ਆ ਕਈ ਵਾਰ ਕਈਆਂ ਨਾਲ ਹੁੰਦਾ ਇੱਦਾਂ ਕਿ ਜਦੋਂ ਗੁੱਡ ਨਿਊਜ਼ ਹੁੰਦੀ ਵੀ ਆਪਾਂ ਨੂੰ ਨਹੀਂ ਪਤਾ ਹੁੰਦਾ, ਹੈ ਨਾ। ਅਤੇ ਇੱਕ ਕਈਆਂ ਨੇ ਕਿਹਾ ਸੀਗਾ ਕਿ ਬੇਬੀ ਬੰਮ ਸ਼ੌਕ ਕਰੋ, ਹੈ ਨਾ, ਤਾਂ ਮੇਰੇ ਭੈਣ ਭਰਾ ਜਿਹਨਾਂ ਨੇ ਵੀ ਕਮੈਂਟ ਕੀਤੇ ਸੀਗੇ ਤਾਂ ਬੇਬੀ ਬੰਮ ਸ਼ੋਅ ਕਰਨ ਵਾਲੀ ਤਾਂ ਇਹ 'ਚ ਕੋਈ ਉਹ ਹੈ ਹੀ ਨਹੀਂ ਐਡੀ ਗੱਲ ਕਿ ਫਿਰ ਵੀ ਅਗਰ ਤੁਹਾਨੂੰ ਲੱਗਦਾ ਕਿ ਝੂਠ ਹੈ ਤਾਂ ਕੋਈ ਗੱਲ ਨਹੀਂ, ਇੰਸਟਾ 'ਤੇ ਮੈਂ ਵੀਡੀਓਜ਼ ਆਪਣੀਆਂ ਪਾ ਰਹੀ ਹਾਂ ਉਹਦੇ 'ਚ ਬੇਬੀ ਬੰਮ ਸ਼ੋਅ ਹੋ ਰਿਹਾ, ਤੁਸੀਂ ਜਾ ਕੇ ਦੇਖ ਸਕਦੇ ਹੋ ਅਗਰ ਕੋਈ ਮੈਂ ਯਕੀਨ ਨਹੀਂ ਕਰਦਾ ਤਾਂ। ਬਾਕੀ ਮੈਨੂੰ ਨਹੀਂ ਸਮਝ ਲੱਗ ਰਿਹਾ ਹੁਣ ਮੈਂ ਅੱਗੇ ਇਸ ਗੱਲ ਦਾ ਕੀ ਜਵਾਬ ਦੇਵਾਂ। ਅਤੇ ਚੰਨੀ ਸਾਹਿਬ ਜੀ ਦੀ ਵੀ ਤਬੀਅਤ ਬਹੁਤ ਖਰਾਬ ਹੋ ਚੁੱਕੀ ਸੀ, ਆ ਕੇ ਤਾਂ ਸੋ ਗਏ ਬਸ, ਅਤੇ ਹੁਣ ਬਸ ਲੰਚ ਵਗੈਰਾ ਕਰਕੇ ਫ੍ਰੀ ਹੋਏ, ਘਰ ਦਾ ਕੰਮ ਕਰਕੇ ਫ੍ਰੀ ਹੋਈਆਂ ਅਤੇ ਹੁਣ ਡਿਨਰ ਦੀ ਤਿਆਰੀ ਹੈ। ਡਿਨਰ ਦੀ ਤਿਆਰੀ ਕਰਨ ਤੋਂ ਬਾਅਦ ਫਿਰ ਅਮਾਇਰਾ ਨੂੰ ਸੰਭਾਲਣਾ, ਮਤਲਬ ਕਿ ਸਾਰਾ ਦਿਨ ਸਾਰੀ ਰੂਟੀਨ ਮੇਰੀ, ਸਾਰਾ ਹਰ ਡੇਲੀ ਦੀ ਰੂਟੀਨ ਇਹੀ ਹੈ ਕਿ ਘਰ ਦੇ ਕੰਮ ਕਰ ਲਓ, ਅਮਾਇਰਾ ਨੂੰ ਸਾਂਭਲੋ, ਅਮਾਇਰਾ ਨੂੰ ਸਾਂਭਲੋ, ਘਰ ਦੇ ਕੰਮ ਕਰ ਲਓ, ਮਤਲਬ ਕਿ ਇੰਨਾ ਕੁ ਜ਼ਿਆਦਾ ਥੱਕ ਜਾਂਦੀ ਹਾਂ ਮੈਂ। ਅਤੇ ਹੁਣ ਵੀ ਚੰਨੇ ਸਾਹਿਬ ਜੀ ਇੱਧਰ ਵਿਚਾਰੇ, ਅਤੇ ਸਕੈਨ ਵੀ ਹੋ ਚੁੱਕੀ ਹੈ ਅਤੇ ਸਕੈਨ ਜਦੋਂ ਆਪਾਂ ਲੈਵਲ 1 ਕਰਵਾਇਆ ਸੀ ਉਦੋਂ ਸਭ ਕੁਛ ਠੀਕ ਸੀ, ਲੈਵਲ 2 ਕਰਵਾਉਣਗੇ ਤਾਂ ਉਹਦੇ ਵਿੱਚ ਪਹਿਲਾਂ ਐਵੇਂ ਸੀ ਕਿ ਹੈ ਨਾ ਸਕੈਨ ਤਾਂ ਹੋਈ ਸੀ ਤਾਂ ਕੁਛ ਉਹਨਾਂ ਨੇ ਕਿਹਾ ਸੀਗਾ ਬੇਬੀ ਦਾ ਸਾਈਜ਼ ਪਤਾ ਨਹੀਂ ਕੀ ਕਹਿ ਰਹੇ ਸੀਗੇ ਕਿ ਨਾ ਹਾਲੇ ਟਾਈਮ ਤੋਂ ਥੋੜ੍ਹਾ ਘੱਟ ਹੈ ਇਸ ਲਈ ਤੁਸੀਂ 10 ਕੁ ਦਿਨ ਬਾਅਦ ਆਏ। ਉਹਨਾਂ ਨੇ 5 ਤਰੀਕ ਨੂੰ ਸਾਨੂੰ ਸੱਦਿਆ ਫਿਰ ਕਿ ਦੁਬਾਰਾ ਸਕੈਨ ਹੋਊਗੀ ਤਾਂ ਪਤਾ ਚੱਲੂਗਾ, ਫਿਰ ਆਪਾਂ ਤੁਹਾਨੂੰ ਰਿਪੋਰਟਸ ਪ੍ਰੋਪਰ ਦੇਵਾਂਗੇ, ਹੈ ਨਾ, ਫਿਰ ਤੁਸੀਂ ਡਾਕਟਰ ਨੂੰ ਦਿਖਾ ਸਕਦੇ ਹੋ। ਅਤੇ ਅੱਜ ਸਕੈਨ ਹੋ ਚੁੱਕੀ, ਉਹਨਾਂ ਨੇ ਪ੍ਰੋਪਰ ਰਿਪੋਰਟਸ ਦੇ ਦਿੱਤੀਆਂ ਅਤੇ ਹੁਣ ਕੱਲ੍ਹ ਆਪਾਂ ਡਾਕਟਰ ਕੋਲ ਜਾਵਾਂਗੇ ਅਤੇ ਡਾਕਟਰ ਤੋਂ ਪਤਾ ਚੱਲੂਗਾ ਕਿ ਹਾਂ ਕੀ ਪ੍ਰੋਬਲਮ ਆਈ ਸੀ ਜਾਂ ਕਿਸ ਵਜ੍ਹਾ ਨਾਲ ਉਹਨਾਂ ਨੇ, ਹੈ ਨਾ, ਸਾਨੂੰ ਦੁਬਾਰਾ ਸਕੈਨ ਲਈ ਸੱਦਿਆ ਸੀਗਾ। ਮੈਂ ਪਹਿਲਾਂ ਬਹੁਤ ਡਰ ਗਈ ਸੀਗੀ ਬਟ ਚਲੋ ਅੱਜ ਉਹਨਾਂ ਨੇ ਤਾਂ ਇਹ ਕਨਫਰਮ ਕਰਤਾ ਕਿ ਸਭ ਨੋਰਮਲ ਹੈ। ਬਾਕੀ ਫਿਰ ਵੀ ਕੱਲ੍ਹ ਆਪਾਂ ਇੱਕ ਵਾਰੀ ਡਾਕਟਰ ਕੋਲ ਜਾਵਾਂਗੇ ਅਤੇ ਉੱਥੇ ਜਾ ਕੇ ਕਨਫਰਮ ਕਰਾਂਗੇ ਅਤੇ ਰਿਲੈਕਸ ਫਿਰ ਹੀ ਹੋਊਂਗੀ ਮੈਂ ਤਾਂ। ਬਾਕੀ ਥੈਂਕ ਯੂ ਸੋ ਮਚ ਜੁੜੇ ਰਹਿਣ ਲਈ ਬਲੌਗ ਨਾਲ, ਅਤੇ ਇੱਦਾਂ ਹੀ ਬਲੌਗਸ ਨਾਲ ਜੁੜੇ ਰਹੋ, ਅੱਗੇ ਵੀ ਤੁਹਾਡੇ ਲਈ ਨਿਊ ਬਲੌਗ ਲੈ ਕੇ ਆਉਂਦੇ ਰਹਾਂਗੇ, ਨਿਊ ਅਪਡੇਟ ਦਿੰਦੇ ਰਹਾਂਗੇ, ਅਤੇ ਤੁਸੀਂ ਵੀ ਆਪਣਾ ਪਿਆਰ ਬਰਸਾਉਂਦੇ ਰਹੀਓ ਬਲੌਗਸ 'ਚ, ਅਤੇ ਬਾਏ ਬਾਏ।